ਘਰਿੰਡੀ ਨਾਕੇ ਮੋੜ 'ਤੇ, ਅਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ, ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ। ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ 'ਤੇ ਸੀਗੀ, ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ। ਈਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ। ਜੇ ਸਾਡੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤਾਂ ਮੇ ਵੀ ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ। ਸਰ, ਦੋ ਸਮਗਲਰ ਫੜੇ ਗਏ ਜੀ, ਕਾਰ ਉਹਨਾਂ ਦੀ ਪਲਟੀ। ਸਰ, ਜਿਹੜੀ ਪ੍ਰੈਸ ਤੋਂ ਹੈ, ਕੀ ਮੇਨ ਮੋਟਿਵ ਹੈ ਜੀ? ਬ੍ਰਦਰ, ਇਸ ਤਰ੍ਹਾਂ ਕਿ ਆਪਣੇ ਮਾਣਯੋਗ SSP ਅੰਮ੍ਰਿਤਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ, ਉਹਨੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਹੜੀ ਆਪਾਂ ਕਿ ਨਸ਼ੇ ਦੇ ਵਿਰੁੱਧ ਮੁਹਿੰਮ ਵਧੀ ਹੋਈ ਹੈ, ਉਹਦੇ ਸੰਬੰਧ ਵਿੱਚ ਆਪਣੇ ਸਬ ਇੰਸਪੈਕਟਰ ਅਰਜੁਨ ਕੁਮਾਰ ਹੋਣੀ ਅਤੇ ਨਾਲ ਉਹਨਾਂ ਦੀ ਟੀਮ ਜਿਹੜੀ ਆ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀਗੀ, ਗਸ਼ਤ ਕਰ ਰਹੀ ਸੀਗੀ। ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਉਂਦੀ ਹੈ ਵੀ ਇਸ ਤਰ੍ਹਾਂ ਕਰਕੇ ਇੱਕ ਆਲਟੋ ਚਿੱਟੀ ਕਾਰ ਜਿਹੜੀ ਹੈ ਕਿ ਜਿਹੜੀ ਆ ਰਹੀ ਹੈ, ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹਨਾਂ ਕੋਲ ਭਾਰੀ ਮਾਤਰਾ ਵਿੱਚ ਹੀਰੋਇਨ ਹੋ ਸਕਦੀ ਹੈ ਜਾਂ ਹੈਗੀ ਹੈ, ਮਤਲਬ ਪੁਖਤਾ ਸੀਗੀ ਵੀ ਹੈਗੀ ਹੈ। ਉਹ ਤੋਂ ਬਾਅਦ ਇਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ, ਇਹਦਾ ਮੇਨ ਟਾਈਮ ਮੈਂ ਵੀ ਉਹ ਮੌਕੇ 'ਤੇ ਪਹੁੰਚ ਜਾਣਾ ਨਾਕੇ 'ਤੇ ਹੀ, ਘਰਿੰਡੀ ਨਾਕੇ ਮੋੜ 'ਤੇ। ਅਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ, ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ। ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ 'ਤੇ ਸੀਗੀ, ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ। ਈਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ। ਜੇ ਸਾਡੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤਾਂ ਮੇ ਵੀ ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ। ਦੈਨ ਉਹ ਗੱਡੀ ਜਿਹੜੀ ਹੈ ਫਿਰ ਚੱਲ ਪਈ ਆ, ਉਹਨਾਂ ਇੱਕ ਲਿੰਕ ਰੋਡ ਨੂੰ ਪਾਲੀ ਹੈ। ਜਦੋਂ ਆਪਾਂ ਫਿਰ ਉਹਨਾਂ ਦਾ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ, ਗੱਡੀ ਉਹਨਾਂ ਦੀ ਕਾਫੀ ਫਾਸਟ ਸੀਗੀ। ਅੱਗੇ ਜਾ ਕੇ ਗੁਰਦੁਆਰਾ ਸਤਲਾਣੀ ਸਾਹਿਬ ਦੇ ਨਾ ਬਾਹਰ ਮਿੱਟੀ ਦੇ ਢਿੱਗਾਂ ਲੱਗੀਆਂ ਹੋਈਆਂ ਨੇ ਕਾਫੀ। ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ੍ਹ ਗਈ ਹੈ ਤਾਂ ਗੱਡੀ ਪਲਟੀ ਖਾ ਗਈ ਹੈ, ਅਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ, ਅਤੇ ਗੱਡੀ 'ਚੋਂ ਬਾਹਰ ਕੱਢ ਕੇ ਅਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਹੈ। ਦੌਰਾਨੇ ਸਰਚ ਸਾਨੂੰ ਉੱਥੋਂ 4 ਪੈਕਟ ਮਿਲੇ ਨੇ ਹੀਰੋਇਨ ਦੇ, ਅੱਧਾ ਅੱਧਾ ਕਿਲੋ ਦੇ, ਜਿਹੜੇ ਕਿ 2 ਕਿਲੋ ਬਣਦੀ ਹੈਗੀ ਹੈ। ਇਹਦਾ ਮੇਨ ਟਾਈਮ ਕਿ ਫਿਰ ਆਪਾਂ ਨੂੰ ਇੱਕ ਹਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਵਾਂ ਵਿਅਕਤੀਆਂ ਨੂੰ, ਸੁਖਵਿੰਦਰ ਅਤੇ ਆਪਣੇ ਸਵਰਨ ਸਿੰਘ ਹੋਣਾ ਨੂੰ, ਹਮਿਊਨਿਟ ਤੌਰ 'ਤੇ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹੋਸਪਿਟਲ ਲੈ ਗਏ ਹਾਂ। ਰਾਤੀਂ ਉਹਨਾਂ ਨੇ ਸਾਰੇ ਆਪਾਂ ਟੈਸਟ ਕਰਾਏ ਨੇ, CT ਸਕੈਨ ਵਗੈਰਾ ਕਰਾ ਕੇ, ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਚੋਟ ਨਹੀਂ ਲੱਗੀ, ਜਿਹੜਾ ਕਿ ਉਹ ਬਿਲਕੁਲ ਸਹੀ ਅਤੇ ਸਲਾਮਤ ਪਾਏ ਗਏ ਨੇ। ਸੋ ਕਹਿਣ ਤੋਂ ਭਾਵ ਇਹ ਆ ਵੀ ਕੱਲ੍ਹ ਦੀ ਇਹ ਸਾਡੀ ਜਿਹੜੀ ਹੈ ਅਚੀਵਮੈਂਟ ਸੀਗੀ ਸਾਡੀ ਪੁਲਿਸ ਫੋਰਸ ਦੀ, ਆਪਣੇ ਮਾਣਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਹੈ ਪੂਰੀ ਮੁਸਤੈਦੀ ਨਾਲ ਲਗਨ ਅਤੇ ਤਨਦੇਹੀ ਨੇ ਡਿਊਟੀ ਕਰ ਰਹੀ ਹੈ। ਜਿੰਨੇ ਵੀ ਭੈੜੇ ਅਨਸਰ ਹੈਗੇ ਨੇ ਜਾਂ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪਤ ਹੈਗੇ ਨੇ, ਉਹਨਾਂ ਨੂੰ ਕਿਸੇ ਕੀਮਤ 'ਤੇ ਵੀ ਬਖਸ਼ਿਆ ਨਹੀਂ ਜਾਊਗਾ। ਕੋਈ ਫਾਇਰਿੰਗ ਵੀ ਕੀਤੀ ਗਈ ਆ ਜਾਂ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਿਆ ਗਿਆ ਵਾ? ਨਹੀਂ, ਫਾਇਰਿੰਗ ਤਾਂ ਚਲੋ ਖੈਰ ਨਹੀਂ ਵੇ, ਆਪਾਂ ਇਹ ਤਾਂ ਮੁੱਦਾ ਹੈ ਨਹੀਂ, ਲੇਕਿਨ ਆਪਾਂ ਫੜ ਲਿਆ ਉਹਨਾਂ ਨੂੰ। ਵੈਸੇ ਉਹਨਾਂ ਕੋਲ ਹਥਿਆਰ ਹੈਗੇ ਸੀ, ਉਹਨਾਂ ਨੂੰ ਕੋਈ ਵੈਪਨ ਮਿਲਿਆ ਸਰ? ਨਹੀਂ।
ਪਾਕਿਸਤਾਨ ਦੇ ਥਰੂ ਡਰੋਨ ਰਸਤੇ, ਔਰ ਇਹਨਾਂ ਨੂੰ ਉੱਥੋਂ ਡਰੋਨ ਰਸਤੇ ਸੁੱਟੀ ਗਈ ਸੀਗੀ ਜਿਹੜੀ ਕਿ ਲਿਆ ਕੇ ਵਾਪਸ ਆ ਰਹੇ ਸੀਗੇ। ਤੇ ਜਦੋਂ ਆਪਾਂ ਇਹਨਾਂ ਨੂੰ ਰੋਕਿਆ ਤੇ ਬਸ ਫਿਰ ਤੁਹਾਨੂੰ ਦੱਸਦੇ ਤਾਂ ਪਿਆ ਘਟਨਾ ਵਾਪਰੀ, ਪਹਿਲਾਂ ਵੀ ਮੇ ਬੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ। ਇਹਦੇ ਸੰਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ। ਹਾਂਜੀ, ਉਹੀ ਮੈਂ ਕਹਿ ਰਿਹਾ ਤੁਹਾਨੂੰ, ਉਸ ਸੰਬੰਧ ਵਿੱਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹਦੇ ਸੰਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੱਤੇ ਜਾਣਗੇ। ਨਹੀਂ, ਡਰੱਗ ਮਨੀ ਥੋੜੇ ਸੀਗੇ ਪੈਸੇ ਇਹਨਾਂ ਕੋਲ, ਜਿੰਨੇ ਵੀ ਸੀਗੇ, ਇੱਕ ਕੋਲ ਮੈਂ 6000 ਰੁਪਇਆ ਸੀਗਾ, ਦੂਸਰੇ ਕੋਲ ਆਈ ਥਿੰਕ 9000 ਕਿੰਨੇ ਸੀਗੇ। ਹਾਂਜੀ, ਪਹਿਲਾਂ ਪਰਚਾ ਦਰਜ ਹੈ, ਮੈਂ ਤੁਹਾਨੂੰ ਕਹਿ ਰਿਹਾ ਨਾ, ਉਹ ਆਪਾਂ ਪੂਰੀ ਆਪਾਂ ਇਹਨਾਂ ਦੀ ਬੈਕਵਰਡ ਕਰ ਰਹੇ ਹਾਂ, ਫਾਰਵਰਡ ਵੀ ਕੱਢਾਂਗੇ, ਉਹ ਜੋ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ। ਅੰਮ੍ਰਿਤਸਰ ਦੇ ਨੇ ਦੋਨੋਂ ਰਹਿਣ ਵਾਲੇ ਸਰ? ਹਾਂ, ਇਹ ਇੱਥੋਂ ਹੀ ਦਿੰਦੇ ਆਪਣੇ ਬਾਰਡਰ ਲੱਗੇ ਦੇ ਨੇ, ਬਾਰਡਰ ਲੱਗੇ। ਕਿੰਨੇ ਸਮੇਂ ਤੋਂ ਸਰਗਰਮ ਨੇ ਜੀ? ਕਿਉਂਕਿ ਦੇਖੋ ਇਹਨਾਂ ਦੀਆਂ ਨਕਲੋ ਹਰਕਤੋਂ ਤਾਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਲਿਪਤ ਹੋਣਗੇ ਇਸ ਕੰਮ ਦੇ ਵਿੱਚ, ਬਟ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਹਨਾਂ ਦਾ ਪਿਛਲਾ ਪੂਰਾ ਰਿਕਾਰਡ ਆਪਾਂ ਖੰਗਾਲ ਰਹੇ ਹਾਂ, ਖੰਗਾਲਣ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ। ਆਹ ਹੁਣੇ ਪੇਸ਼ ਕਰਨ ਜਾ ਰਹੇ ਹਾਂ, ਬਕਾਇਦਾ ਨਾਲ ਰਿਮਾਂਡ ਲਵਾਂਗੇ, ਤਾਂ ਹੀ ਤੁਹਾਨੂੰ ਕਹਿ ਰਹੇ ਆਪਾਂ ਕਿ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਰਿਮਾਂਡ ਲੈ ਕੇ ਜਿਹੜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ।